ਚ ਲਿਖਣ ਲੱਗ ਪੈ ਗਈ ਤੇ ਪਿਓ ਦਾ ਭੈਣ ਪਕੌੜਿਆਂ ਦੀ ਦੁਕਾਨ ਸੀ, ਮੈਂ ਉੱਥੇ ਸੀ, ਮੈਨੂੰ ਪਤਾ ਸੀ ਹਜ਼ਾਰਾਂ ਕਿੱਲੇ ਦੀ ਖੇਤੀ ਹੈਲੀਕਾਪਟਰ ਛੱਡਿਆ ਰਾਣਾ ਸਾਹਿਬ। ਅੱਜ ਫੈਸਲਾ ਲਿਆ ਗਿਆ ਹਾਈ ਕਮਾਂਡ ਕੀ ਔਰ ਸੇ ਆਪਕਾ ਜੋ ਆਪਨੇ ਰੈਜ਼ਿਗਨੇਸ਼ਨ ਦਿਆ ਥਾ ਵੋ ਐਕਸੈਪਟ ਕਰ ਲਿਆ ਗਿਆ, ਕਿਆ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੂੰਗਾ ਕਿ ਬਿਲਕੁਲ ਠੀਕ ਹੈ, ਜੋ ਹਾਈ ਕਮਾਂਡ ਕੋ ਕਾ ਫੈਸਲਾ ਜੋ ਹੈ ਵੋ ਮੁਝੇ ਮਨਜ਼ੂਰ ਹੈ। ਮੈਂ ਇੱਕ ਪੈਦਾਇਸ਼ੀ ਕਾਂਗਰਸਮੈਨ ਹੂੰ ਔਰ ਇਸ ਪਾਰਟੀ ਕਾ, ਕਾਂਗਰਸ ਪਾਰਟੀ ਕਾ, ਕੈਪਟਨ ਅਮਰਿੰਦਰ ਸਿੰਘ ਜੀ ਕਾ, ਸੋਨੀਆ ਗਾਂਧੀ ਜੀ ਕਾ ਔਰ ਰਾਹੁਲ ਗਾਂਧੀ ਜੀ ਕਾ ਧੰਨਵਾਦ ਕਰਤਾ ਹੂੰ ਕਿ ਮੇਰੇ ਕੋ ਏਕ ਬਾਰ ਨਹੀਂ ਸਾਤ ਬਾਰ ਇਸ ਪਾਰਟੀ ਨੇ ਕਭੀ MLA ਕਭੀ MP ਲੜਨੇ ਕਾ ਮੌਕਾ ਦਿਆ ਔਰ ਉਨਮੇਂ ਸੇ ਮੈਂ 6 ਬਾਰ ਜੀਤਾ, ਮੁਝੇ ਵਜ਼ੀਰ ਬਣਾਇਆ ਔਰ ਪਾਰਟੀ ਨੇ ਵਜ਼ਾਰਤ ਦੀ ਥੀ। ਅਗਰ ਪਾਰਟੀ ਅੱਜ ਕਹਿਤੀ ਹੈ ਕਿ ਬਈ ਰਿਜ਼ਾਈਨ ਅਸੈਪਟਡ, ਰੈਜ਼ਿਗਨੇਸ਼ਨ ਮੈਨੇ ਦਿਆ, ਅਸੈਪਟ ਪਾਰਟੀ ਨੇ ਕਰਾ, ਯੇ ਸਮੇਂ ਹੋਤਾ ਹੈ ਔਰ ਇਸਕੇ ਲੀਏ ਮੈਂ ਜਿਤਨੀ ਮੇਰੀ ਸੇਵਾ ਥੀ ਮੈਨੇ ਕਰੀ ਔਰ ਆਗੇ ਵੀ ਕਰੂੰਗਾ। ਪਹਿਲੇ ਬਤੌਰ ਵਜ਼ੀਰ ਕਰਤਾ ਥਾ, ਅਬ ਬਤੌਰ MLA ਲੋਗੋਂ ਕੀ ਸੇਵਾ ਕਰੂੰਗਾ। ਸਰ ਰੈਜ਼ਿਗਨੇਸ਼ਨ ਆਪਨੇ ਦੀਆ, ਖੁਸ਼ੀ ਸੁਪਾਲ ਖਹਿਰਾ ਕੇ ਚਿਹਰੇ ਪਰ ਨਜ਼ਰ ਆ ਰਹੀ ਹੈ। ਦੇਖੋ ਐਸਾ ਹੈ, ਐਸਾ ਹੈ, ਐਸਾ ਹੈ, ਜੀਤ ਤੋ ਇਸਕੇ ਅਬ ਯਹਾਂ ਬੈਠੇ ਹੋਏ ਅਖਬਾਰ ਮੇਂ ਔਰ ਆਪਕੋ ਬਿਆਨ ਦੇਨੇ ਸੇ ਜੀਤ ਨਹੀਂ ਹੋਤੀ, ਜੀਤ ਹੋਤੀ ਹੈ ਲੋਗੋਂ ਕਾ ਮਨ ਜੀਤਨੇ ਸੇ। ਅਭੀ ਪਿਛਲੇ ਕੁਛ ਦਿਨ ਪਹਿਲੇ ਨਗਰ ਕੌਂਸਲ, ਨਗਰ ਪੰਚਾਇਤੇ ਤੀਨ ਥੀ ਇਸਕੇ ਹਲਕੇ ਮੇਂ, ਉਨਮੇਂ 37 ਕੌਂਸਲਰ ਬਨੇ, ਉਨਮੇਂ ਸੇ ਕੇਵਲ ਏਕ ਮਾਨਨੀਯ ਸੁਖਪਾਲ ਸਿੰਘ ਖਹਿਰਾ ਜੀ ਜੀਤੇ। ਤੋ ਹਵਾ ਮੇਂ ਹੀ ਹੈ ਨਾ, ਹਵਾ ਮੇਂ ਆਏ ਥੇ, ਹਵਾ ਮੇਂ ਚਲੇ ਜਾਏਂਗੇ। ਹਮ ਆਜ ਵੀ MLA ਹੈ, ਪਾਰਟੀ ਟਿਕਟ ਦੇਗੀ, ਕੱਲ ਵੀ MLA ਰਹੇਂਗੇ। ਚੁਣੌਤੀ ਦੇਂਗੇ ਸੁਖਪਾਲ ਖਹਿਰਾ? ਅਰੇ ਸੁਖਪਾਲ ਖਹਿਰਾ ਚੀਜ਼ ਕਿਆ ਹੈ ਯਾਰ, ਕਿਆ ਚੀਜ਼ ਹੈ ਜਿਸਕੋ ਚੁਣੌਤੀ ਦੂੰਗਾ? ਲਗਾਤਾਰ ਵੋ ਆਪਕੋ ਲਲਕਾਰਤੇ ਹੈਂ। ਅਰੇ ਲਲਕਾਰਨੇ ਸੇ ਕਿਆ ਹੋਤਾ ਹੈ, ਕੁਛ ਨਹੀਂ ਹੋਤਾ, ਯੇ ਤੋ ਲੋਗੋਂ ਨੇ ਫੈਸਲਾ ਕਰਨਾ ਹੋਤਾ ਹੈ। ਰਮਨਜੀਤ ਸਿੰਘ ਸਿੱਕੀ ਲੜੇਂਗੇ ਵਹਾਂ ਸੇ ਔਰ ਦੇਖੇਂਗੇ ਫਿਰ। ਰਾਣਾ ਜੀ ਆਪਕੋ ਚੈਲੇਂਜ ਕਰ ਰਹੇ ਹੈ ਕਿ ਯਾ ਤੋ ਵੋ ਰਿਜ਼ਾਈਨ ਡਾਲੇ ਤੋ ਮੈਂ ਉਧਰ ਸੇ ਆ ਕੇ ਲੜਨੇ ਕੋ ਤਿਆਰ ਹੂੰ ਕਪੂਰਥਲਾ ਸੇ ਅਗਰ? ਦੇਖੋ ਭਾਈ, ਦੇਖੋ ਐਸਾ ਹੈ, MLA ਸ਼ਿਪ ਸੇ ਰਿਜ਼ਾਈਨ ਰਾਣਾ ਗੁਰਜੀਤ ਸਿੰਘ ਤਬ ਕਰੇਗਾ ਜਬ ਕੈਪਟਨ ਅਮਰਿੰਦਰ ਸਿੰਘ ਉਹਨੇ ਕਹੇਂਗੇ, ਯਾ ਮਾਨਨੀਯ ਰਾਹੁਲ ਗਾਂਧੀ ਜੀ ਕਾ ਸੰਦੇਸ਼ ਆਏਗਾ। ਔਰ ਅਗਰ ਮੁਝੇ ਆਇਆ ਕਿ ਇਸਕਾ ਚੈਲੇਂਜ ਅਸੈਪਟ ਕਰ ਲਓ, ਵੈਸੇ ਮੁਝੇ ਕੋਈ ਆਪੱਤੀ ਨਹੀਂ, ਯੇ ਚਾਹੇ ਹਾਂ, ਅਗਰ ਯੇ ਇਸ ਕਾਬਿਲ ਆਪਣੇ ਹਲਕੇ ਮੇਂ ਸੇ ਇਨਕੋ ਇਤਨਾ ਅਭਿਮਾਨ ਹੈ ਕਿ ਅਭਿਮਾਨ ਨਹੀਂ ਇਨਕਾ ਮਾਨਨਾ ਹੈ ਕਿ ਯੇ ਇਤਨੇ ਪਾਪੂਲਰ ਹੈ ਆਪਣੇ ਖੇਤਰ ਮੇਂ, ਤੋ ਵਹਾਂ ਸੇ ਯੇ ਰਿਜ਼ਾਈਨ ਕਰ ਲੇ, ਮੈਂ ਜ਼ਰੂਰ ਲੜੂੰਗਾ ਇਸਕੇ ਹਲਕੇ ਸੇ ਲੜੂੰਗਾ। ਮੇਰੇ ਮੇਂ ਤੋ ਕਿਆ ਕਰ ਲੇਗਾ ਮੇਰਾ, ਮੇਰੇ ਕੋ ਤੋ ਆਪ ਚਲ ਕੇ ਦੇਖਣਾ ਮੇਰੇ ਹਲਕੇ ਮੇਂ, ਅਗਰ ਮੈਂ ਗਲਤ ਕਹਿ ਰਹਾ ਹੂੰ, ਲੋਕ ਮੇਰੇ ਸੇ ਮੁਹੱਬਤ ਕਰਤੇ ਹੈ, ਮੈਂ ਤੋ ਇਸਕੇ ਹਲਕੇ ਮੇਂ ਲੜਨੇ ਕੇ ਲੀਏ ਤਿਆਰ ਹੂੰ, ਅਭੀ ਲੜ ਲੂੰਗਾ। ਮਾਨੀਏ ਮਾਨੀ ਸ਼੍ਰੀਮਾਨ ਜੀ, ਭ੍ਰਿਸ਼ਟਾਚਾਰ ਕਹਿਣੇ ਸੇ ਪਹਿਲੇ ਜਰਾ ਆਪ ਸੋਚੀਏ ਕਿ ਭ੍ਰਿਸ਼ਟ ਕਹਾਂ ਹੁਆ, ਕਿਸ ਬਾਤ ਮੇਂ ਭ੍ਰਿਸ਼ਟ ਹੁਆ। ਅਰੇ ਆਰੋਪ ਕੋ ਛੋੜੋ, ਆਪ ਭ੍ਰਿਸ਼ਟ ਕਹਿਣੇ ਸੇ ਪਹਿਲੇ ਜਰਾ ਸੋਚੀਏ ਕਿ ਆਪ ਕਹਿ ਕਹਿ ਰਹੇ ਹੈ, ਆਇੰਦਾ ਸੇ ਐਸੇ ਬਾਤ ਮਤ ਕਰਨਾ ਰਾਣਾ ਗੁਰਜੀਤ ਸਿੰਘ ਸੇ। ਬਿਲਕੁਲ ਜ਼ਖਮੀ ਨਹੀਂ ਹੈ, ਅਰੇ ਨਹੀਂ, ਸ਼ੇਰ ਸ਼ੇਰ ਹੋਤਾ, ਚਾਹੇ ਜ਼ਖਮੀ ਹੋ ਚਾਹੇ ਖੁਲਾ ਹੋ, ਤੋ ਰਾਣਾ ਅਗਰ ਸ਼ੇਰ ਹੈ ਤੋ ਸ਼ੇਰ ਹੈ ਯਾਰ। ਤੋ ਜ਼ਖਮੀ ਸ਼ੇਰ ਕਾ ਵਾਰ ਵੀ ਜ਼ਿਆਦਾ ਜ਼ੋਰਦਾਰ ਰਹੇਗਾ? ਨਹੀਂ, ਇਹ ਬਾਤ ਨਹੀਂ ਹੈ, ਰਾਜਨੀਤੀ ਮੇਂ ਮੈਂ, ਰਾਜਨੀਤੀ ਨਹੀਂ ਜ਼ਿੰਦਗੀ ਮੇਂ ਕਭੀ ਕਿਸੀ ਕੇ ਬਾਰੇ ਫਾਲਤੂ ਬਾਤ ਨਹੀਂ ਕਰਤਾ, ਇਹ ਫਾਲਤੂ ਬਾਤ ਕਰਨੇ ਵਾਲੇ ਮਿਲੇਂਗੇ ਵੀ ਨਹੀਂ ਆਪਕੋ ਕਭੀ, ਕਹਾਂ ਗਏ।
ਔਰ ਅੱਛਾ ਹੁਣ ਬਹਿ ਜਾਓ ਚਾਹ ਪੀਓ ਯਾਰ ਗੋਰੇ ਚਾਹ ਕਹੋ ਯਾਰ ਕੁਰਸੀਆਂ ਮੰਗਾਓ ਅੱਛਾ ਨਾ ਫਿਰ ਕਹੋਗੇ ਸੁਫਾਲ ਖੈਰੇ ਨੇ ਹੈਲੋ ਓ ਯਾਰੋ